だとか、まやだ、おめだ、まぬて、どか、だ、れ、だ、れ、じゃ、しふて、ਸੈਨਾ ਕਾਹਦਾ ਅੰਧਿਆਰਾ ਗਿਆਨ ਤਾਂ ਹੋਮੇ ਦਾ ਬਿਨ ਸੈਨਾ ਅੰਧਿਆਰਾ ਨਾ ਪਾਇਆ ਇੱਥੇ ਮਨ ਤੇ ਧੋਖਾ ਤਾਂ ਲਏ ਨਹੀਂ ਤਾਂ ਨਾ ਇੱਥੇ ਨਾ ਜੋ ਪਾ ਬੈਠੇ ਨਾ ਮਨ ਤੇ ਧੋਖਾ ਤਾਂ ਲਏ ਨਹੀਂ ਤਾਂ ਹੋਰ ਕਿਸੇ ਸਾਧਨ ਸੁਧ ਨਾਲ ਨਹੀਂ ਬਿਨ ਉਪਮਾ ਜਗਦੀਸ਼ ਕੀ ਸੇਮ ਥਿੰਗ ਬਿਨ ਸੈਨਾ ਮੈਂ ਨਾ ਤੇ ਇਸ ਵਾਸਤੇ ਜ਼ੋਰ ਹੈ ਬਨਾ ਅੰਧਿਆਰਾ ਔਰ ਕੇ
ਉਸਦੀ ਸਿਫਤ ਸਲਾਹ ਬਿਨਾ ਔਰ ਅਰਦਾਸ ਬਿਨਾ ਮਨ ਤੇ ਧੋਖਾ ਸੇਮ ਥਿੰਗ ਇੱਕੋ ਗੱਲ ਸਿਫਤ ਸ਼ਬਦਾਵਲੀ ਦਾ ਫਰਕ ਹੈ ਹੁਣ ਇਸ ਫਾਈਂਡਿੰਗ ਜਿਹੜੀ ਕਿ ਰੱਬ ਤੋਂ ਆਈ ਵੀ ਹੈ ਰੱਬ ਜੀ ਤੋਂ ਆਈ ਵੀ ਬਾਣੀ ਹੈ ਕਹਿੰਦਾ ਜੇ ਤੂੰ ਮੈਨੂੰ ਮਿਲਣਾ ਚਾਹੁੰਦਾ ਤੇ ਉਪਮਾ ਕਰ ਗੁਰੂ ਨਾਨਕ ਕਹਿੰਦੇ ਉਪਦੇਸ਼ ਦੇ ਉਪਮਾ ਦੇ ਨਾਲ ਤੇਰੀ ਹਉਮੈ ਦਾ ਜਿਹੜਾ ਪਰਦਾ ਹੈ ਅੰਧਿਆਰਾ ਹੈ ਅਗਿਆਨਤਾ ਹੈ ਧੋਖਾ ਲੈ ਜਾਏਗਾ ਇਸ ਨਿਰਣਾ ਦੇ ਉੱਤੇ ਅਗਰ ਫਰਜ਼ ਕੋਰਟ ਸੁਪਰੀਮ ਕੋ ਫਰਜ਼ ਕੀ ਇੱਕ ਸੁਪਰੀਮ ਕੋਰਟ ਦਾ ਫੈਸਲਾ ਹੈ ਕਿ ਉਸਨੂੰ ਹਾਈ ਕੋਰਟ ਰੱਦ ਕਰ ਸਕਦੀ ਹੈ ਜਾਂ ਲੋਅਰ ਕੋਰਟ ਸੈਸ਼ਨ ਕੋ ਡਿਸਟ੍ਰਿਕਟ ਕੋਰਟ ਰੱਦ ਕਰ ਸਕਦੀ ਹੈ ਕੰਟੈਂਪਟ ਆਫ ਕੋਰਟ ਹੋ ਜਾਂਦਾ ਉਸ ਕੰਟੈਂਪਟ ਆਫ ਕੋਰਟ ਅਗਰ ਇਸ ਦੇ ਉੱਤੇ ਅਸੀਂ ਆਪਣੀ ਯਾਨੀ ਅਕਲ ਚੜਾਉਂਦੇ ਹਾਂ ਜਾਂ ਵਿਲ ਇੰਪੋਜ਼ ਕਰਦੇ ਹਾਂ ਕੰਟੈਂਪਟ ਆਫ ਕੋਰਟ ਦੀ ਤਰ੍ਹਾਂ ਪੀੜੇ ਜਾਵਾਂਗੇ ਉੱਥੇ ਕੈਦਾਂ ਹੋਣਗੀਆਂ ਦੱਸੋ ਹੀ ਨਹੀਂ ਹੈ ਇੰਨੇ ਕੱਪਾ ਸਪਸ਼ਟ ਹੈ ਬਿਨ ਉਪਮਾ ਜਗਦੀਸ਼ ਕੀ ਪ੍ਰਪੋਜੀਸ਼ਨ ਕੀ ਵਕਰੀ ਲੱਗੀ ਹੈ ਬਗੈਰ ਪੁਸਤਕ ਸਿਫਤ ਜਗਦੀਸ਼ ਦੀ ਜਗਦੇ ਮਾਲਕ ਦੀ ਬਿਨ ਸੈ ਨਾ ਅੰਧਿਆਰ ਬਿਨ ਸੈ ਨਾ ਤਦ ਮੈਂ ਨਾ ਕਹਿੰਦਾ ਹਾਂ ਕਿ ਮਨ ਤੇ ਧੋਖਾ ਤਾਲ ਹੈ ਨਹੀਂ ਤਾਂ ਨਾ ਬਿਨ ਸੈ ਨਾ ਅੰਧਿਆਰਾ ਆਪਣੇ ਵੱਲੋਂ ਤਾਂ ਨੀ ਮੈਂ ਲਾ ਰਿਹਾ ਨਾ ਨਾ ਮੈਂ ਇਸ ਤੇ ਲਾਇਆ ਇਸ ਤੁਕ ਤੋਂ ਬਿਨ ਬਿਨ ਉਪਮਾ ਜਗਦੀਸ਼ ਕੀ ਬਿਨ ਸੈ ਨਾ ਅੰਧਿਆਰਾ ਹੋਰ ਕੋਈ ਸਾਧਨ ਹੈ ਨੀ ਤਾਂ ਤੇ ਆਓ ਇਸ ਨੂੰ ਅਪਣਾਓ ਔਰ ਅਗਰ ਜਿਹੜਾ ਵੀ ਇਸ ਤੇ ਅਮਲ ਕਰੇਗਾ ਉਹ ਸਹੀ ਕੋਈ ਉਹਦੇ ਸ਼ੱਕ ਸ਼ੁਭਾ ਨਹੀਂ ਨਿਰਸੰਦੇਹੀ ਮਨ ਦੇ ਉੱਤੋਂ ਹਉਮੈ ਦੀ ਮੈਲ ਕੱਟੇਗਾ ਔਰ ਜਿਵੇਂ ਜਿਵੇਂ ਮੈਲ ਕੱਟੀਦੀ ਜਾਏਗੀ ਤੂੰ ਤੂੰ ਮਨ ਦੇ ਵਿੱਚ ਨਿਰਮਲਤਾ ਹੁੰਦੀ ਜਾਊ ਇਹ ਤਾਂ ਅਭਿਆਸ ਹੈ ਆਹ ਹੁਣ ਕਰੀਏ ਸਿਫਤ ਮੈਨੂੰ ਫੜ ਕੇ ਜਦ ਇਸ ਪਾਸੇ ਮੈਂ ਜਾਵਾਂ ਉਸ ਵੇਲੇ ਆਪ ਨਾ ਤੂੰ ਬੇਤਾਲ ਬੇਰਤੀ ਬਣਾ ਦਿੱਤੀਆਂ ਵਿੱਚ ਪੌਣ ਪਾਣੀ ਬਸੰਤਰ ਬਣਾ ਦੇ ਧਰਤੀਆਂ ਬਣਾ ਦਿੱਤੀਆਂ ਕੇਤਾ ਤਾਂ ਤੇਰੀ ਕਿੰਨਾ ਬਲ ਹੈ ਕੇਤਾ ਤਾਂ ਸੁਹਾਲਿਆ ਰੂਪ ਕਿੰਨਾ ਤੋਰਾ ਸੁੰਦਰ ਰੂਪ ਹੈ ਹੋਂਦ ਹੈ ਨੀ ਸੁੰਦਰਤਾ ਇਹਨੂੰ ਵੇਖ ਕਰਕੇ ਜੇ ਮੋਹ ਜਾਂਦੇ ਹੈ ਉਹਦਾ ਹੀ ਬਣਾਈ ਵੀ ਹੈ ਕੇਤਾ ਤਾਂ ਜੇ ਉਹ ਨਾ ਬਣਾਉਂਦਾ ਤੇ ਇਹੋ ਜਿਹਾ ਸੁੰਦਰ ਆਦਮੀ ਬਣ ਸਕਦਾ ਸੀ ਚਿਹਰੇ ਕਿਆ ਸੁੰਦਰ ਉਸਦੇ ਚਿਹਰਾ ਬਣਾ ਦਿੱਤਾ ਅੱਖਾਂ ਦੇ ਦਿੱਤੀਆਂ ਕੰਨ ਲਾ ਦਿੱਤੇ ਮੂੰਹ ਦੇ ਵਿੱਚ ਦੰਦ ਬਣਾ ਦਿੱਤੇ ਰਸਨਾ ਦੇ ਦਿੱਤੀ ਹੱਥ ਪੈਰ ਤੇ ਕਿੰਨਾ ਹੈ ਇਹ ਇੱਕ ਮਾਮੂਲੀ ਜੀ ਗੱਲ ਹੈ ਇਸ ਤੋਂ ਪੌਣ ਪਾਣੀ ਬੈਸੰਤਰ ਬਣਾ ਦਿੱਤੇ ਆਕਾਸ਼ ਧਰਤੀਆਂ ਬਣਾ ਦਿੱਤੀਆਂ ਚੰਦ ਸੂਰਜ ਬਣਾ ਦਿੱਤੇ ਕੇਤਾ ਤਾਂ ਤੇਰਾ ਕਿੰਨਾ ਬਲ ਹੈ ਇਹ ਮੈਂ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ ਅੱਧ ਤੋਂ ਜ਼ਿਆਦਾ ਸਿਫਤ ਸਲਾਹਿਆ ਕਦੇ ਕੋਈ ਕੌਲੀ ਨਹੀਂ ਗੱਲ ਐਵੇਂ ਕੁੜੀਆਂ ਕਰਕੇ ਪਾਠ ਕਰ ਜਾਂਦੇ ਆ ਹਜ਼ੂਰ ਕਹਿੰਦੇ ਨੇ ਕੇਤਾ ਤਾਂ ਹੇ ਨਿਰੰਕਾਰ ਹੇ ਸਿਰਜਣਹਾਰ ਹੇ ਪਾਲਣਹਾਰ ਹੇ ਬਖਸ਼ਣਹਾਰ ਹੇ ਘਟ ਘਟ ਵਾਸੀ ਹੇ ਸਰਬਨਵਾਸੀ ਤੇਰਾ ਕਿੰਨਾ ਬਲ ਹੈ ਕੇਤਾ ਤਾਂ ਬਲ ਸਵਾਲਿਓ ਸੁੰਦਰ ਰੂਪ ਕਿਆ ਤੇਰੇ ਸੁੰਦਰ ਰੂਪ ਹਨ ਸਰਗੁਰੂ ਰੂਪ ਦੇ ਵਿੱਚ ਤੂੰ ਆ ਸੁੰਦਰਤਾ ਆਈ ਹੈ ਸੁੰਦਰ ਹਰ ਪਾਸੇ ਕਿਆ ਫੁੱਲ ਕਿਆ ਚੀਜ਼ਾਂ ਕਿਆ ਚੰਦ ਔਰ ਸੂਰਜ ਸੁੰਦਰ ਹਨ ਕੇਤਾ ਤਾਂ ਸਵਾਲਿਓ ਰੂਪ ਔਰ ਕੇਤੀ ਦਾਤ ਜਾਣੇ ਕੌਣ ਕੂਤ ਤੂੰ ਕਿੰਨੀਆਂ ਦਾਤਾਂ ਦੇ ਰਿਹਾ ਹੈ
ਕਿੰਨੀਆਂ ਦਾਤਾਂ ਬਖਸ਼ਿਆ ਜਾਣੇ ਕੌਣ ਜਾਣੇ ਕੂਤ ਮੈਨੇ ਅੰਦਾਜ਼ਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਆਓ ਇਸ ਅਰਥ ਦੇ ਵਿੱਚ ਟਿਕ ਕੇ ਕਰੋ ਵਾਜੇ ਕਹਿੰਦੇ ਨੇ ਗੱਲ ਨਾ ਕਰਿਆ ਕਰੋ ਇਹ ਹੈ ਕਿ ਤਾਤਾਣ ਸਵਾਲ ਤਾਣ ਦਾ ਅਰਥ ਨਾ ਆਵੇ ਤਾਂ ਕੀ ਕਰੋ ਤੁਸੀਂ ਇੰਨਾ ਤੇਰਾ ਬਲ ਹੈ ਗ੍ਰੇਟ ਪਾਵਰ ਹੈ ਤੂੰ ਔਰ ਸਵਾਲਿਓ ਕਿੰਨਾ ਤੇਰਾ ਸੁੰਦਰ ਰੂਪ ਹੈ ਕਿ ਤੀ ਦਾਤ ਜਾਣਾ ਕੂਤ ਦਾ ਅਰਥ ਨਾ ਆਵੇ ਤਾਂ ਕੀ ਕਰੋਗੇ ਕੌਣ ਜਾਣਿਆ ਤੇਰਾ ਅੰਦਾਜ਼ਾ ਰਾਜਧਾਨੀ ਬੋਲੀ ਹੈ ਊਤ ਅੰਦਾਜ਼ਾ ਕੇਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੁਰਲੀ ਨਾ ਕਰਿਆ ਕਰੀਏ ਮੈਨੂੰ ਇੱਕ ਗੱਲ ਕਦੀ ਨੀ ਭੁੱਲੇਗੀ ਜਦ ਮੈਂ ਇਸ ਤੇ ਵਿਚਾਰ ਕਰਦਾ ਹਾਂ ਹਰਖੋ ਵਾਲੇ ਸੰਤ ਬੜੀਆਂ ਰਿੱਧੀਆਂ ਸਿੱਧੀਆਂ ਵੀ ਸਨ ਜਵਾਲਾ ਸਿੰਘ ਜੀ ਸੰਤ ਮਹਾਰਾਜ ਜੀ ਬੜੀਆਂ ਰਿੱਧੀਆਂ ਸਿੱਧੀਆਂ ਸਨ ਕੋਈ ਸ਼ੱਕ ਬਾੜੀ ਦੇ ਵਿੱਚ ਆਏ ਇੱਕ ਸਰਦਾਰ ਰਾਮ ਸਿੰਘ ਉੱਥੇ ਲੈਂਡ ਲਾਰਡ ਹੈ ਉੱਥੇ ਅਖੰਡ ਪਾਠ ਕੀਤਾ ਤੇ ਮੈਨੂੰ ਕਹਿੰਦੇ ਤੁਸੀਂ ਵੀ ਡਿਊਟੀ ਦਿਓਗੇ ਮੈਂ ਕਿਹਾ ਹਾਂ ਜੀ ਬਾੜੀ ਤੋਂ ਥਾਂ ਡੇਢ ਮੀਲ ਸੀ ਮੈਂ ਸਵੇਰੇ ਹੀ ਮੇਰੀ 5 ਵਜੇ ਡਿਊਟੀ ਸਾਈਕਲ ਤੇ ਚਲਾ ਗਿਆ ਮੈਂ ਜਿੱਤ ਕੁਟੀਆ ਦੇ ਵਿੱਚ ਬੈਠੇ ਸਨ ਛਾਣ ਸੀ ਮੈਂ ਉੱਥੇ ਜਾ ਕੇ ਪਹਿਲੇ ਉਹਨਾਂ ਨੂੰ ਮੱਥਾ ਟੇਕਿਆ ਉਹ ਪਾਠ ਕਰ ਰਹੇ ਸਨ ਮੈਨੂੰ ਹੁਣ ਤੱਕ ਨਹੀਂ ਭੁੱਲੇਗਾ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਮਲ ਬੁਲਾਈ ਬੜੀ ਟਿਕ ਕੇ 2-4 ਵਾਰੀਆਂ ਆਖਿਆ ਉਹਨਾਂ ਨੇ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਮਲ ਵਡਾਈ ਜੋ ਤੂੰ ਦੇ ਐਸਾ ਐਸਾ ਪਾਠ ਕੀਤਾ ਤੇ ਅਸੀਂ ਕਾਵੜ ਦਿੰਦੇ ਹਾਂ ਅਸੀਂ ਕਹਿੰਦੇ ਹਾਂ ਮੈਂ ਸਭ ਤੋਂ ਜ਼ਿਆਦਾ ਸੁਖਮਨ ਸੀ 15 ਮਿੰਟ 'ਚ ਕਰਦਾ ਕਹਿੰਦੇ ਮੈਂ 15 ਮਿੰਟ ਸੁਖਮਨ ਨਹੀਂ ਕਹਿੰਦੇ ਤੇ ਮੈਂ 5 ਮਿੰਟ 'ਚ ਕਹਿੰਦੇ ਜਪਜੀ ਸਾਹਿਬ ਕਰਦਾ ਰੇਸ ਲੱਗੀ ਵੀ ਹੈ ਮੇਰਾ ਦੱਸਣ ਦਾ ਭਾਵ ਹੈ ਕਿ ਜਿਹੜੀਆਂ ਸਾਡੀਆਂ ਫੀਡਿੰਗ ਗਲਤ ਗੁਰਮਤ ਦੇ ਅਨੁਕੂਲ ਨਹੀਂ ਪ੍ਰਤੀਕੂਲ ਨਹੀਂ ਰਹੀਆਂ ਉਲਟ ਹੋ ਗਈਆਂ ਹਨ ਉਹਨਾਂ ਨੂੰ ਛੱਡੋ ਹੁਣ ਜਿਹੜੇ ਹੱਟ ਪਈ ਉਹ ਕਹਿੰਦੇ ਮੈਂ ਸਵੇਰੇ ਪਾਠ ਕਰ ਲਵਾਂ ਘਾਹ ਵੱਢ ਲਵਾਂ ਘਾਹੀ ਵੱਢਣ ਵਾਲੀ ਗੱਲ ਹੈ ਨਾ ਫਿਰ ਆਓ ਅਰਥ ਦੇ ਵਿੱਚ ਟਿਕੋ ਔਰ ਉਸਨੂੰ ਕਹੋ ਮੈਂ ਅੱਜ ਤਾਂ ਗਲਤੀ ਖਾਂਦਾ ਰਿਹਾ ਸ਼ਬਦ ਸੁਰ ਦਾ ਤੱਚ ਹੀ ਤਦ ਹੁੰਦਾ ਹੈ ਕਿ ਜੇ ਸ਼ਬਦ ਦੇ ਅਰਥ ਆਉਂਦੇ ਹਨ ਤਾਂ ਸੁਰਤ ਨੇ ਉਹਦੇ ਵਿੱਚ ਜੁੜਨਾ ਸੁੱਟ ਜਾਂਦੇ ਨੇ ਧਿਆਨ ਬਸ ਹੁਣ ਯਾਨੀ ਤੁਰੋ ਜਦ ਤੱਕ ਇਹ ਬੈਕਗ੍ਰਾਉਂਡ ਨਹੀਂ ਤੁਰਦਾ ਤੁਰਿਆ ਨਹੀਂ ਜਾਂਦਾ ਆਖੋ ਹੁਣ ਜਿਸ ਤਰ੍ਹਾਂ ਗੁਰੂ ਨਾਨਕ ਸਾਨੂੰ ਕਹਿੰਦੇ ਬਾਈ ਇਸ ਤਰ੍ਹਾਂ ਉਸਦੀ ਸਿਫਤ ਕਰੋ ਵਾਹ
ਦਰਿਆ ਰੂਪੀਆਂ ਤੇ ਸਿਰ ਤੇ ਹੋਵੇ ਲੱਖ ਦਰਿਆ
ਜੋ ਮੈਂ ਆਪ ਦੀ ਵਿਚਾਰ ਪਰ ਐਸਾ ਇੱਕ ਕੁਦਰਤ ਅਰਥ ਹੈ ਬੀਤੀ ਹੋਈ ਹੈ ਤੇ ਕੁਦਰਤ ਕਿਹੜੀ ਹੈ ਮੈਂ ਆਪਣਾ ਅਰਥ ਅਸਲੀ ਲਾ ਰਿਹਾ ਕੁਦਰਤ ਕਾਵਣ
ਅਹੰਕਾਰ ਮੇਰੀ ਕੀ ਪਾਇਆ ਤਾਕਤ ਮੈਂ ਆਪਦੀ ਸੰਪੂਰਨ ਵਿਚਾਰ ਕਰ ਸਕਾਂ। ਮੈਂ ਤਾਂ ਇੰਨੀ ਤੁੱਛ ਨਾਚੀਜ਼ ਹਸਤੀਆਂ, ਮੈਂ ਹਜ਼ੂਰ ਤੋਂ ਇੱਕ ਵਾਰੀ ਵੀ ਵਾਰਨ ਜੋਗੀ ਨਹੀਂ। ਕਿਆ ਕਮਾਲ ਅਰਥ ਜੋੜ ਦਿੰਦਾ ਨਿਰੰਕਾਰ ਦੇ ਨਾਲ, ਬਗੈਰ ਅਰਥ ਨਹੀਂ ਜੁੜਦਾ। ਕਿਤੇ ਕੁਰਲੀਆਂ ਕਰਦੇ ਫਿਰ ਉਹ ਕਰਦੇ ਕਰਦੇ ਉਮਰਾਂ ਗੁਜ਼ਰ ਗਈਆਂ। ਹੈ ਨਿਰੰਕਾਰ ਮੈਂ ਕਿੰਨੀ ਤੁੱਛ ਹਸਤੀਆਂ ਨਾਚੀਜ਼ ਹਾਂ, ਮੈਂ ਆਪ ਤੋਂ ਕੀ ਇੱਕ ਵਾਰੀ ਵੀ ਵਾਰਨ ਜੋਗੀ, ਇੱਕ ਵਾਰੀ ਵੀ ਮੈਂ ਬਿਹਾਰ ਨਹੀਂ ਜਾ ਸਕਦੀ, ਮੈਂ ਇੰਨੀ ਤੁੱਛ ਹਸਤੀ ਹਾਂ। ਗੁਰੂ ਨਾਨਕ ਆਖਦੇ ਪਏ ਵਾਰਿਆ ਨਾ ਜਾਵਾਰ Yeah.
Oh.
ਆ ਬਣ ਜੰਗਲ ਸੀਤਾ।
गुरु नानक कहिंदा मेरी कोई ताकत नहीं कि मैं आप तो एक वारी भी वार है जावा इन्नी मैं तुच्छ हस्ती हां इस वलवले च लियाओ मनू फिर सिफत होएगी एवें नहीं हुंदी पर वो वलवला किवें किंज पैदा हुंदा उस वलवले दा जड़ा थौक है पल पैदा पैदा करन बार बार दा अभ्यास ही नाम अभ्यास और की है आओ उस वलवले च जिस तरह गुरु नानक सानू कहंदे ने हे निरंकार मैं इन्नी तुच्छ हस्ती हां ना चीज हस्ती हां कि मैं हजूर निरंकार आप तो एक वारी भी वारन जोगी नहीं मेरी की पाया मेरी की ताकत है वारन जे वा एक बार मैं तो ये आखांगा निरंकार कि जो तुद भाव है साई भली कार जो तेन पाता मैं भली कार लग्या करे तेरा वाणा मीठा लगे मैं तो मंग मंगता दूर तो वारिया ना जावा एक बार जो तुद भाव है साई भली कार तू सदा सलामत निरंकार हे आकार तो रह तू सदा सलामत अटर्नल एवर अटर्नल एवर अटर्नल एवर अटर्नल है आओ उस वल विच शिफ्ट करिए वारिया ना जावा
ਵਾਰੀ
दात और मुंह का अर्थ मैं तेहा पाई ਪੁਕਾਰ ਨਿਰੰਕਾਰ ਦੀ ਦਰਗਾਹ ਵਿੱਚ ਮੈਂ ਕਰਜ਼ ਕਰਦਾ ਜਿਹੜੇ ਨਹੀਂ ਬੋਲਦੇ ਮੇਰੇ ਖਿਆਲ ਬ੍ਰਹਮ ਗਿਆਨੀ ਨੂੰ ਨੀ ਉਹਨੂੰ ਹੈ ਨੀ ਨਾ ਉਹਨਾਂ ਨੂੰ ਪਤਾ ਨੀ ਪਹਿਲੀ ਸਟੇਜ ਰਸਣਾ ਨਾਲ ਉੱਚੇ ਉੱਚੇ ਕਹਿਣਾ ਪੈਂਦਾ ਐਵੇਂ ਨਾ ਭਲੇਖੇ ਚੋਂ ਬ੍ਰਹਮ ਗਿਆਨੀ ਬਹਿ ਜਾਣ ਬੋਲਿਆ ਕਰ ਰਸਣਾ ਦੇ ਨਾਲ ਉੱਚੇ ਉੱਚੇ ਇਹ ਪਹਿਲੀ ਸਟੇਜ ਹੈ ਕਹਿੰਦੇ ਜੇ ਭੁੱਲੀ ਜੇ ਚੁੱਕੀ ਇੱਥੋਂ ਸ਼ੁਰੂ ਹੁੰਦਾ ਜੇ ਮੈਂ ਭੁੱਲੀ ਵੀ ਹਾਂ ਬਿਰਤੀ ਕਹਿੰਦੀ ਜੇ ਮੈਂ ਭੁੱਲੀ ਹਾਂ ਚੁੱਕੀ ਹੋਈ ਹਾਂ ਖਤੇ ਬਹੁਤ ਕਰਦੀ ਹਾਂ ਭੁੱਲੀ ਵੀ ਹਾਂ ਔਰ ਖਤੇ ਵੀ ਗਲਤੀਆਂ ਵੀ ਬਹੁਤ ਕਰਦੀਆਂ ਜੇ ਭੁੱਲੀ ਜੇ ਚੁੱਕੀ ਸਾਈਂ ਵੀ ਟਹਿੰਜੀ ਕਾਢੀਆਂ ਫਿਰ ਵੀ ਹੈ ਮੇਰੇ ਮਾਲਕਾ ਮੈਂ ਤੇਰੀ ਸਦਾਉਂਦੀਆਂ ਕਾਂਡੀਆਂ ਦਰਦਾ ਮੈਂ ਤੇਰੀ ਸਦਾਉਂਦੀਆਂ ਕਿਸੇ ਹੋਰ ਦੀ ਨਹੀਂ ਸਦਾਉਂਦੀ ਕਹੇਗਾ ਓਏ ਗੁਰੂ ਦਾ ਸਿੱਖ ਜੇ ਮੈਂ ਕੋਈ ਭੈੜਾ ਕਰਮ ਕਰੇਗਾ ਲਾਜ ਤੈਨੂੰ ਆਏਗੀ ਪਾਸ਼ਾ ਕਿਰਪਾ ਕਰ ਲਾਜ ਤੈਨੂੰ ਆਏਗੀ ਜੇ ਭੁੱਲੀ ਜੇ ਚੁੱਕੀ ਬਿਰਤੀ ਦੀ ਪੁਕਾਰ ਦਰਗਾਹ ਦੇ ਅੱਗੇ ਜੇ ਭੁੱਲੀ ਜੇ ਚੁੱਕੀ ਸਾਈਂ ਵੀ ਤਹਿੰਜੀ ਕਾਢਿਆ ਜਿੰਨਾ ਨਿਹੋ ਦੂਜਾਨੇ ਲੱਗਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਇਹ ਹੈ ਨਿਹੋ ਦੂਜਾਨਾ ਦੂਜਾ ਮੈਂ ਨਿਹੋ ਨਿਹੋ ਕਹਿੰਦੇ ਨੇ ਪਿਆਰ ਨੂੰ ਜਿੰਨਾ ਨਿਹੋ ਦੂਜਾਨੇ ਲੱਗਾ ਝੂਰ ਮਰੋ ਸੇ ਵਾਢੀਆਂ ਚੁਰ ਚੁਰ ਕਰਕੇ ਵਾਢੀਆਂ ਦਾ ਤਾਂ ਛੁੱਟਣਾ ਵਿਵਚਾਰਨਾ ਵਿਵਚਾਰਨਾ ਮਰਨੀਆਂ ਝੂਰਨਾ ਕਿਸੇ ਵਿਵਚਾਰ ਨੂੰ ਮਨਮੁੱਖ ਨੂੰ ਕਦੀ ਸੁੱਖ ਹੋ ਸਕਦਾ ਹੈ ਦੱਸੋ ਬਈ ਝੂਰ ਮਰੇ ਸੇ ਵਾਢੀਆਂ ਸੇ ਉਹ ਵਾਢੀਆਂ ਮੈਨੇ ਛੁੱਟਣਾ ਜਿਹੜੀਆਂ ਛੁੱਟ ਦਿੱਤੀਆਂ ਖਸਮ ਨੇ ਕਹਿੰਦਾ ਇਹ ਵਿਚਾਰ ਹੈ ਨਾ ਔਰ ਤਾਂ ਮੈਂ ਨੀ ਇਹਦੇ ਨਾਲ ਮੂੰਹ ਲਾਉਣਾ ਹੈਗਾ ਆਹ ਇਸ ਵਲਵਲੇ ਚ ਤਾਂ ਸਵਾਦ ਹੈ ਐਵੇਂ ਨੀ ਕੁੜੀਆਂ ਨਾ ਕਰੋ ਜੇ ਬੋਲੀ ਤੇਰੀ ਸਤਾਉਂਦੀ ਹਾਂ ਫਿਰ
Oh,
चालक चेतना आवई, चालक चेतना आवई।
ਸਹਾਰਾ